ਬੀਤੇ ਦਿਨੀ 30 ਤਰੀਕ ਨੂੰ ਸ਼ਾਮ 6 ਵਜੇ ਘਰ ਤੋਂ ਗੁਰਦੁਆਰਾ ਸਾਹਿਬ ਗਈ 6 ਸਾਲਾਂ ਬੱਚੀ ਘਰ ਵਾਪਸ ਨਹੀਂ ਗਈ ਸੀ ਉਸ ਤੋਂ ਬਾਅਦ ਪਰਿਵਾਰਕ ਮੈਂਬਰ ਨੇ ਠਾਣਾ ਗੋਵਿੰਦਪਾਲ ਸਾਹਿਬ ਕੇ ਗੁੰਮਸ਼ੁਦਾਦੀ ਰਿਪੋਰਟ ਵੀ ਦਰਜ ਕਰਵਾਈ ਸੀ ਪਰ ਅੱਜ 5 ਦਿਨਾਂ ਬਾਅਦ ਉਸ ਬੱਚੀ ਦੀ Laash ਗੁਰਦੁਆਰਾ ਸਾਹਿਬ ਦੀ ਕਾਰ ਪਾਰਕਿੰਗ ਵਿੱਚੋਂ ਮਿਲੀ ਇਸ ਸਬੰਧੀ ਗੋਵਿੰਦਵਾਲ ਸਾਹਿਬ ਲੜਕੀ ਦੇ ਗਵਾਣ ਰਹੇ ਦੀਆਂ ਵਿਅਕਤੀਆਂ ਨੇ ਕਿਹਾ ਕਿ ਪਰਿਵਾਰ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ ਇਸ ਮੌਕੇ ਹਰਪ੍ਰੀਤ ਸਿੰਘ ਧੁੰਨਾਵਾਸੀ ਗੋਵਿੰਦਵਾਲ ਸਾਹਿਬ ਨੇ ਕਾਂਗਰਸ ਦੇ ਐਮਐਲਏ ਰਮਨਦੀਪ ਸਿੰਘ ਸਿੱਕੀ ਦੇ ਵਰਦੇ ਹੋਏ ਕਿਹਾ ਕਿ ਵਿਧਾਇਕ ਦੇ ਹਲਕੇ ਵਿੱਚ ਇਹੋ ਜਿਹੀਆਂ ਕਟੜਾਮਾ ਹੋ ਰਹੀਆਂ ਹਨ ਸ਼ਰਮਨਾਕ ਗੱਲ ਹੈ ਉਹਨਾਂ ਨੇ ਇਹ ਵੀ ਖਾਸ਼ਾ ਜਤਾਇਆ ਹੋ ਸਕਦਾ ਹੈ ਕਿ ਲੜਕੀ ਨਾਲ ਕਿਸੇ ਨਾ ਕਿਸੇ ਕੋਈ ਘਣਾਉਣੀ ਹਰਕਤ ਕੀਤੀ ਹੋਵੇ ਅਤੇ ਉਸ ਤੋਂ ਬਾਅਦ ਉਸ ਦਾ ਕਤਲ ਕੀਤਾ ਹੋਵੇ। ਫੋਨ ਤੇ ਪਤਾ ਲੱਗਾ ਵੀ ਗੁਰਦੁਆਰੇ ਦੇ ਬੈਗ ਤੋਂ ਲੜਕੀ ਮਿਲੀ ਹੈ ਮੈਂ ਉਸੇ ਵੇਲੇ ਮੋਟਰਸਾਈਕਲ ਲੈ ਕੇ ਮੌਕੇ ਤੇ ਪਹੁੰਚਿਆ ਤਾਂ ਉਹ ਲੜਕੀ ਮੰਜੇ ਤੇ ਪਈ ਸੀ ਆਂਦੇ ਰੇਤ ਚੋਂ ਉਹਨਾਂ ਨੂੰ ਪੁੱਛਿਆ ਤਾਂ ਰੇਤ ਚੋਂ ਮਿਲੀ। ਤਾਂ ਬੜੀ ਮੰਦ ਭਾਗੀ ਹੈ ਦੇਖੋ ਇਹ ਇਲਾਕਾ ਨੈਮਾਲੀ ਘਾਟੀ ਜਿਹੜਾ ਇਲਾਕਾ ਨਸ਼ੇ ਦੇ ਨਾਂ ਤੇ ਮਸ਼ਹੂਰ ਇਲਾਕਾ ਗੋਇੰਦਵਾਲ ਸਾਹਿਬ ਦਾ। ਔਰ ਇਹ ਸਾਰਾ ਜੋ ਮੈਂ ਵੇਖ ਰਿਹਾ ਵਾਂ ਬੱਚੀ ਦੇ ਨਾਲ ਮੈਂ ਤਾਂ ਇਹੀ ਮਹਾਰਾਜ ਦੇ ਅੱਗੇ ਅਰਦਾਸ ਕਰਾਂਗਾ ਕਿ ਕੋਈ ਗਲਤ ਕੰਮ ਨਾ ਆਇਆ ਹੋਵੇ ਪਰ ਜਿਸ ਤਾਂ ਦੇ ਹਾਲਾਤ ਆ ਨਾ ਇਹ ਬਹੁਤ ਮੰਦ ਭਾਗਾ ਵਾ ਇਸ ਹਿਸਾਬ ਨਾਲ ਮੈਂ ਇਹ ਕਹਿਣਾ ਚਾਹੂੰਗਾ ਇਸ ਮੱਲੇ ਵਾਲਿਆਂ ਨੂੰ ਕੋਈ ਆਪਣੇ ਬੱਚੇ ਸਾਹਮ ਕੇ ਰੱਖੋ ਭਾਈ ਤੁਹਾਡੇ ਵੀ ਬੱਚੇ ਸੁਰੱਖਿਅਤ ਨਹੀਂ ਜੇ ਹੈਗੇ ਜੇ ਤੁਹਾਡੇ ਏਰੀਏ ਦੇ ਵਿੱਚ ਬਾਹਰੋਂ ਆ ਕੇ ਲੋਕ ਨਸ਼ਾ ਵੇਚ ਸਕਦੇ ਆ ਨਾ ਤੁਹਾਡੇ ਏਰੀਏ ਦੇ ਵਿੱਚ ਘਰ ਘਰ ਨਸ਼ਾ ਵੇਖ ਰਿਆ ਨਾ ਤਾਂ ਉਹਦੇ ਉਹਦੇ ਜ਼ਿੰਮੇਵਾਰ ਤੁਸੀਂ ਵੀ ਜੀ ਕਿਉਂਕਿ ਇਹ ਨਰਕ ਜਿਹੜਾ ਵਾ ਇਹ ਪੁਲਿਸ ਪ੍ਰਸ਼ਾਸਨ ਨੂੰ ਤਾਂ ਪੈਸੇ ਮਿਲਦੇ ਆ ਉਹ ਤਾਂ ਪੈਸੇ ਲੈ ਕੇ ਯਾਸ਼ੀਆਂ ਕਰਦੀ ਹੈ ਪੁਲਸ ਇਹਨਾਂ ਨਸ਼ਿਆਂ ਦੇ ਉੱਤੇ ਤੇ ਤੁਹਾਡੇ ਬੱਚੇ ਖਤਰੇ 'ਚ ਆ ਤੁਹਾਡੇ ਜੀ ਖਤਰੇ 'ਚ ਆ ਤਾਂ ਪੁਲਸ ਦਾ ਕੁਝ ਨਹੀਂ ਜਾਣਾ ਉਹਨਾਂ ਦੇ ਆਪਣੇ ਬੱਚੇ ਭਾਵੇਂ ਨਸ਼ੇ ਨਾਲ ਮਰ ਜਣ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਹਾਲਾਤ ਬੜੇ ਭੈੜੇ ਹੋ ਗਏ ਜੇ ਗੁਰੂ ਨਗਰੀ ਦੇ ਵਿੱਚ ਐਡੀ ਮਾੜੀ ਘਟਨਾ ਸਾਡੇ ਲਈ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਵਾ ਮੈਨੂੰ ਤਾਂ ਇੰਨੀ ਮਤਲਬ ਮੈਂ ਤਾਂ ਹੁਣੇ ਜੇ ਮੇਰੇ ਸਾਹਮਣੇ ਕੁਝ ਹੋਵੇ ਤਾਂ ਮੈਂ ਕਤਲ ਕਰ ਸਕਦਾ ਉਸ ਬੰਦੇ ਦਾ ਇੰਨਾ ਮੇਰਾ ਦਿਲ ਪੈ ਸੀਜ ਗਿਆ ਉਸ ਦਾ ਚਿਹਰਾ ਵੇਖ ਕੇ ਉਹ ਬੱਚੀ ਨੂੰ ਦੇਖ ਕੇ ਕਿੰਨੀ ਖੂਬਸੂਰਤੋ ਬੱਚੀ ਜਿੱਦਨ ਮੈਂ ਉਹ ਫੋਟੋ ਵੇਖੀ ਤੇ ਅੱਜ ਉਸ ਦਾ ਚਿਹਰਾ ਨੀਲਾ ਹੋਇਆ ਪਿਆ ਹੈ ਮਤਲਬ ਰੇਤ ਦੇ ਵਿੱਚ ਕਿਦੋਂ ਦੀ ਦੱਬੀ ਆ ਮੁਸਕਰਾਹੀ ਸੀ ਉਹਦੇ ਚੋਂ ਤਾਂ ਇਹ ਵੇਖੋ ਹਾਲਾਤ ਵੇਖੋ ਇਹ ਗੁਰੂ ਨਾਨਕ ਦੇਵ ਜੀ ਦੇ ਨਾਂ ਦੇ ਪ੍ਰਸਿੱਧ ਨਗਰੀ ਸਿੱਖੀ ਦੇ ਧੁਰੇ ਵਜੋਂ ਜਾਣੀ ਜਾਂਦੀ ਹੈ ਨਗਰੀ ਜਿਹਦੇ ਵਿੱਚ ਨਸ਼ੇ ਨਹੀਂ ਨਸ਼ੇ ਦੀ ਦਲਦਲ ਆ ਜਾਲ ਬੁਣਿਆ ਆ ਵੱਡੇ ਵੱਡੇ ਅਫਸਰ ਇੱਥੇ ਆ ਕੇ ਹਫਤੇ ਇਕੱਠੇ ਕਰਕੇ ਪੈਸੇ ਖਾਂਦੇ ਨੇ ਔਰ ਕੋਈ ਕਾਰਵਾਈ ਨਹੀਂ ਹੁੰਦੀ